ਲੋਭੀ ਹੈ ਤੋ ਰੱਤ ਨਹੀਂ ਹੈ, ਔਰ ਲੋਭ ਇਸ ਨੂੰ ਥਾਂ ਥਾਂ ਤੇ ਗਿਰਾਏਗਾ। ਔਰ ਮਹਾਰਾਜ ਦੀ ਬਾਣੀ ਤੇ ਇੱਥੇ ਤੱਕ ਕਹਿੰਦੀ ਹੈ, ਲੋਭੀ ਕਾ ਵੇਸਾ ਨਾ ਕੀਜੇ ਜੇ ਕਾ ਪਾਰ ਵਸਾ, ਭਰੋਸਾ ਨਾ ਕਰੀ ਇਸ ਤੇ, ਇਹ ਕੁਛ ਵੀ ਕਰ ਸਕਦਾ। ਲੋਭੀ ਤੇ ਵਿਸ਼ਵਾਸ ਨਾ ਕਰੀ। ਸਤਿਗੁਰ ਦੀ ਬਾਣੀ ਵੀ ਸਾਨੂੰ ਸੁਚੇਤ ਕਰਦੀ ਹੈ। ਕਿਉਂ? ਲੋਭੀ ਦਾ ਫਿਰ ਇੰਜ ਖੁਲਾਸਾ ਕਰਦੇ ਨੇ ਮੇਰੇ ਪਾਤਸ਼ਾਹ, ਜਿਉਂ ਕੂ ਕਰ ਹਰ ਕਾਇਆ ਧਾਵੇ ਦਹਿ ਦਿਸ ਜਾਏ, ਲੋਭੀ ਜੰਤ ਨ ਜਾਣੀ ਬਖ ਅਬਖ ਸਭ ਖਾਏ। ਜਿਉਂ ਕੂ ਕਰ ਹਰ ਕਾਇਆ, ਹਲਕਾਇਆ ਕੁੱਤਾ ਪਾਲਿਆ ਹੋਵੇ ਕੁੱਤੇ ਨੂੰ, ਤੇ ਕਿਧਰੇ ਕੁੱਤਾ ਪਾਗਲ ਹੋ ਜਾਏ ਤੇ ਮਾਲਕ ਨੂੰ ਵੀ ਵੱਢਦਾ, ਫਿਰ ਨਹੀਂ ਛੱਡਦਾ। ਫਿਰ ਹਲਕਾਇਆ ਕੁੱਤਾ ਪਾਗਲ ਨੂੰ ਵੀ ਵੱਢਦਾ। ਹਲਕਾਏ ਕੁੱਤੇ ਨਾਲ ਤਸ਼ਬੀਹ ਕਿਉਂ ਦਿੱਤੀ? ਮਹਾਰਾਜ ਕਹਿੰਦੇ ਨੇ, ਭਾਇਓ ਲੋਭ ਸੰਗ ਹੋਰਾ, ਲੋਭ ਵੀ ਮਨੁੱਖ ਨੂੰ ਪਾਗਲ ਕਰ ਦਿੰਦਾ ਹੈ। ਔਰ ਉਹ ਜਗਤ ਨੂੰ ਤੇ ਧੋਖਾ ਦੇਗਾ, ਗੁਰੂ ਨੂੰ ਵੀ ਧੋਖਾ ਦੇਣ ਦੀ ਕੋਸ਼ਿਸ਼ ਕਰੇਗਾ। ਅਕਸਰ ਭਾਰਤ ਵਿੱਚ ਪੜ੍ਹਨ ਨੂੰ ਮਿਲਦਾ ਹੈ, ਗਊਸ਼ਾਲਿਆਂ ਦੇ ਚੰਦੇ ਉਗਾਉਣ ਵਾਲੇ ਗਊਆਂ ਦੇ ਨਾਂ ਤੇ ਗਊਆਂ ਨਾਲ ਹੀ ਧੋਖਾ ਕਰ ਜਾਂਦੇ ਨੇ। ਮੰਦਰਾਂ ਦੇ ਨਾਂ ਤੇ ਧਨ ਇਕੱਠਾ ਕਰਨ ਵਾਲੇ ਪਰਮਾਤਮਾ ਦੇ ਨਾਮ ਤੇ ਹੀ ਧਨ ਕਰਕੇ ਧੋਖਾ ਕਰ ਜਾਂਦੇ ਨੇ, ਲੋਭ ਕਰਕੇ। ਔਰ ਅਕਸਰ ਗੁਰੂ ਦੀਆਂ ਗੋਲਕਾਂ ਥਾਂ ਥਾਂ ਤੇ ਖਤਰੇ ਚ ਹੁੰਦੀਆਂ ਹੀ ਨੇ। ਮੇਰੇ ਕੋਲ ਤੇ ਜਪਾਨੀ ਬੋਧ ਭਿਕਸ਼ੂ ਨੇ ਸੀਸਗੰਜ ਦੇ ਚ ਪੁੱਛ ਲਿਆ, ਕਿਉਂਕਿ ਅੱਗੇ ਗੋਲਕ ਤੇ ਚਾਰ ਤਾਲੇ ਤੇ ਚਾਰਾਂ ਨੂੰ ਸੀਲ ਲੱਗੀ, ਮੈਨੂੰ ਗੱਲ ਭੁੱਲਦੀ ਨਹੀਂ। ਮੈਨੂੰ ਕਹਿਣ ਲੱਗੇ, ਟੈਂਪਲ ਹੈ ਨਾ ਔਰ ਇਤਿਹਾਸਕ ਹੈ, ਚਾਰ ਤਾਲੇ, ਕਿਆ ਇੱਥੇ ਵੀ ਚੋਰੀ ਹੋ ਸਕਦੀ ਹੈ? ਇੱਥੇ ਵੀ ਡਾਕਾ ਪੈ ਸਕਦਾ ਹੈ? ਔਰ ਫਿਰ ਸੀਲ ਵੀ ਲੱਗੇ ਹੋਏ ਨੇ, ਸੀਲ ਵੀ ਚਾਰਾਂ ਤਾਲਿਆਂ ਤੇ ਲੱਗੀ ਹੋਈ ਹੈ, ਤਾਲਾ ਵੀ ਇੱਕ ਨਹੀਂ, ਔਰ ਬੜੇ ਮੋਟੇ ਮੋਟੇ। ਮੈਂ ਉਸ ਨੂੰ ਦੱਸਣ ਲੱਗ ਪਿਆ, ਸਾਹਮਣੇ ਬੋਰਡ ਦਾ ਦਰਖਤ ਹੈ, ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਸਨ, ਇਤਿਹਾਸ ਦੱਸ। ਕਹਿੰਦੇ ਨਹੀਂ, ਕਹਿੰਦੇ ਮੈਂ ਕਈ ਦਫ਼ਾ ਆਇਆ, ਹਰ ਸਾਲ ਆਉਂਦਾ ਮੈਂ ਬੋਧ ਪੂਰਨਿਮਾ ਤੇ, ਜਿਸ ਦਿਨ ਮਹਾਤਮਾ ਬੁੱਧ ਦਾ ਜਨਮ ਹੋਇਆ ਸੀ, ਕਹਿੰਦਾ ਮੈਂ ਹਰ ਸਾਲ ਜਾਪਾਨ ਤੋਂ ਆਉਂਦਾ, ਗਯਾ ਦੇ ਦਰਸ਼ਨ ਕਰਦਾ, ਇੱਥੇ ਵੀ ਆਉਂਦਾ। ਇਤਿਹਾਸ ਤੁਸੀਂ ਮੈਨੂੰ ਨਾ ਦੱਸੋ। ਇਹ ਜੋ ਚਾਰ ਤਾਲੇ ਲੱਗੇ ਨੇ ਔਰ ਸੀਲ ਵੀ ਲੱਗੀ, ਕਿਆ ਇੱਥੇ ਵੀ ਖਤਰਾ ਹੈ? ਤੇ ਮੈਂ ਫਿਰ ਟਾਲ ਕੇ ਮਹਾਰਾਜ ਦਾ ਇਤਿਹਾਸ ਸੁਣਾਉਣ ਲੱਗਾ। ਉਹਨੇ ਸੋਚਿਆ ਵੀ ਇਹ ਤਾਂ ਹੁਣ ਦੱਸਣਾ ਹੀ ਨਹੀਂ ਚਾਹੁੰਦਾ, ਸਮਝ ਗਿਆ ਸਿਆਣਾ ਸੀ। ਮੈਂ ਕਹਾਂ ਆਪਣੇ ਆਪ ਨੂੰ ਨੰਗਾ ਕਿਸ ਤਰ੍ਹਾਂ ਕਰੀਏ, ਇਹਨੂੰ ਕੌਣ ਦੱਸੇ? ਜੇ ਤਾਲੇ ਨਾ ਹੋਣ ਤੇ ਸਵੇਰੇ ਲੱਭਣਾ ਹੀ ਕੱਖ ਨਹੀਂ, ਇਹਦੇ ਚ ਕੁਛ ਵੀ ਨਹੀਂ ਲੱਭਣਾ, ਕੌਣ ਦੱਸੇ? ਮੈਂ ਅਰਜ਼ ਕਰਾਂ, ਭਇਓ ਲੋਭ ਸੰਗ ਹੋਰਾ। ਪਟਨਾ ਸਾਹਿਬ ਦੀ ਗੱਲ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 100 ਤੋਲੇ ਦਿੱਤੇ, ਇੱਕ ਪਾਲਕੀ ਬਣਾਉਣੀ ਸੀ। ਇਤਿਹਾਸ ਹੈ, ਗੁਰਪ੍ਰਤਾਪ ਸੂਰਜ ਦੇ ਲਈ ਲਿਖਿਆ ਹੈ। ਤੇ ਪਾਲਕੀ ਬਣ ਕੇ ਆ ਗਈ, ਤੇ ਜਿਹੜੇ ਬਣਾ ਕੇ ਲਿਆਏ ਮਹਾਰਾਜ ਆਪਨੇ, ਤੇ 100 ਤੋਲਾ ਦਿੱਤਾ ਸੀ ਨਾ, ਅਸੀਂ 700 ਤੋਲੇ ਲਾਇਆ ਤੁਹਾਡੀ ਬਖਸ਼ਿਸ਼ ਲੈਣ ਲਈ।
ਤੁਸੀਂ ਰਹਿਮਤ ਕਰੋ, ਕਿਰਪਾ ਕਰੋ, ਅਸੀਂ ਬਾਕੀ ਇਧਰੋਂ ਉਧਰੋਂ ਇਕੱਠਾ ਕਰਕੇ 700 ਤੋਲਾ ਲਾਇਆ। ਇਹ ਮੈਂ ਤੁਹਾਨੂੰ ਇਤਿਹਾਸਕ ਪ੍ਰਸੰਗ ਸਰਵਣ ਕਰਾ ਰਿਹਾ। ਮਹਾਰਾਜ ਨੇ ਸੇਵਾਦਾਰਾਂ ਨੂੰ ਕਿਹਾ, ਜਿਹਨੇ ਲੰਗਰ ਦੀਆਂ ਲੱਕੜਾਂ ਨਾ ਸਾਰੀਆਂ ਇੱਥੇ ਵਿਹੜੇ 'ਚ ਲਿਆਓ, ਇਕੱਠੀਆਂ ਕਰੋ। ਔਰ ਆਖਿਆ ਸਜਾ ਕੇ ਤਰਤੀਬ ਨਾਲ ਰੱਖੋ। ਇੰਜ ਤਰਤੀਬ 'ਤੇ ਜਿਵੇਂ ਕਦੀ ਭਾਰਤ 'ਚ ਦੇਖਿਆ ਉਹ ਚਿਤਾ ਸਜਾਉਂਦੇ ਨੇ, ਇਸ ਤਰ੍ਹਾਂ ਸਤਿਗੁਰ ਨੇ ਰਖਵਾਈਆਂ। ਉਹਦੇ ਉੱਤੇ ਪਾਲਕੀ ਰਖਵਾ ਦਿੱਤੀ, ਆਪ ਅੱਗ ਲਾ ਦਿੱਤੀ। ਮਾਤਾ ਜੀ ਵੀ ਰੋਕਦੀਆਂ ਰਹੀਆਂ, ਉਮਰ ਛੋਟੀ ਸੀ ਪਾਤਸ਼ਾਹ ਦੀ, ਬਾਲਕ ਅਵਸਥਾ, ਅੱਗ ਲਾ ਦਿੱਤੀ। ਮਾਤਾ ਜੀ ਰੋਕਦੀਆਂ ਨੇ, ਇੰਨੀ ਸ਼ਰਧਾ ਨਾਲ ਬਣਾ ਕੇ ਲਿਆਏ ਨੇ, ਇਤਨੀ ਸੋਹਣੀ ਪਾਲਕੀ, ਤੁਸੀਂ ਦਿੱਤਾ ਵੀ 100 ਤੋਲੇ, ਇਹ 700 ਤੋਲੇ ਦੀ ਬਣਾ ਕੇ ਲਿਆਏ ਨੇ ਤੇ ਅਗਨ ਭੇਟ ਕਰ ਰਹੇ ਹੋ। ਮਾਂ ਜੀ, ਮੈਂ ਤੁਹਾਨੂੰ ਇਹਨਾਂ ਦਾ ਅਸਲੀ ਸਰੂਪ ਦਿਖਾਉਣਾ ਹੈ। ਸਿਰਫ 7 ਤੋਲੇ ਸੀ ਉਸਦੇ 'ਚ, ਗੁਰੂ ਦੇ ਤੋਲੇ ਵੀ ਖਾ ਗਏ। ਇਹ ਇਤਿਹਾਸ ਮੈਂ ਤੁਹਾਨੂੰ ਸੁਣਨ ਦਾ ਪਿਆ, ਔਰ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ। ਗੁਰੂ ਪ੍ਰਤਾਪ ਸੂਰਜ ਦੇ 'ਚ ਲੰਬੀ ਚੌੜੀ ਕਥਾ, ਜਿਸਦੀ ਰੋਜ਼ ਇਤਿਹਾਸਕ ਸਥਾਨਾਂ 'ਚ ਭਾਰਤ ਦੇ 'ਚ ਕਥਾ ਹੁੰਦੀ ਹੈ। ਮਹਾਰਾਜ ਕਹਿੰਦੇ ਨੇ ਹਲਕਾਏ ਹੋ ਗਏ, ਹਲਕੇ ਹੋ ਗਏ, ਹਲਕੇ। ਉੱਥੇ ਇਤਿਹਾਸ 'ਚ ਇਹ ਲਿਖਿਆ, ਹਲਕੇ ਹੋ ਗਏ ਅਤੇ ਹਲਕੇ ਹੋ ਗਏ। ਇਹ ਤੇ ਕਿਸੇ ਨੂੰ ਵੀ ਧੋਖਾ ਦੇ ਸਕਦੇ ਨੇ, ਮਾਂ ਨੂੰ ਧੋਖਾ ਦੇ ਸਕਦੇ ਨੇ, ਪਿਤਾ ਨੂੰ ਧੋਖਾ ਦੇ ਸਕਦੇ ਨੇ, ਭਰਾ ਨੂੰ ਧੋਖਾ ਦੇ ਸਕਦੇ ਨੇ, ਗੁਰੂ ਪੀਰ ਪੈਗੰਬਰ ਨੂੰ ਧੋਖਾ ਦੇ ਸਕਦੇ ਨੇ, ਕਿਸੇ ਨੂੰ ਵੀ ਦੇ ਸਕਦੇ ਨੇ। ਕਿਉਂ? ਹਲਕੇ ਹੋ ਗਏ ਨੇ। ਬਾਇਓ ਲੋਭ ਸੰਗ ਹੋਰਾ, ਜਿਉਂ ਕੂ ਕਰ ਹਰ ਕਾਇਆ, ਧਾਵੇ ਦੈ ਦਿਸ ਜਾਏ, ਲੋਭੀ ਜੰਤ ਨ ਜਾਣੀ, ਬਖ ਅਬਖ ਸਭ ਖਾਏ। ਅਬਖ ਵੀ ਖਾਏਗਾ, ਜੋ ਉਸਦਾ ਹੱਕ ਨਹੀਂ ਬਣਦਾ ਉਸ ਨੂੰ ਵੀ ਕਾਬੂ ਕਰੇਗਾ, ਕਿਉਂਕਿ ਲੋਭ ਹੈ। ਔਰ ਲੋਭ ਹਲਕਾਇਆ ਕਰ ਦਿੰਦਾ ਹੈ। ਤੇ ਜਿਵੇਂ ਪਾਗਲ ਕੁੱਤੇ ਨੂੰ ਸਮਝ ਨਹੀਂ ਵੀ ਇਸਨੇ ਮੈਨੂੰ ਪਾ ਲਿਆ, ਇਸਦੇ ਘਰ ਮੈਂ ਪਲਿਆ, ਮਾਲਕ ਨੂੰ ਵੱਡਦਾ ਹੈ, ਇਸ ਤਰ੍ਹਾਂ ਲੋਭ ਦੇ ਨਾਲ ਹਲਕਾ ਮਨੁੱਖ ਗੁਰੂ ਪੀਰ ਪੈਗੰਬਰ ਨੂੰ ਵੀ ਧੋਖਾ ਦਿੰਦਾ ਹੈ। ਜਗਤ ਦੇ ਨਾਮ ਤੇ, ਸੰਸਾਰ ਦੇ ਨਾਂ ਤੇ ਤੇ ਠੱਗੀ ਕਰਦਾ ਹੈ, ਧਰਮ ਦੇ ਨਾਂ ਤੇ ਵੀ ਠੱਗੀ ਕਰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਵਾਕ ਦਸਮ ਗ੍ਰੰਥ ਆਪ ਕਹਿੰਦੇ ਨੇ, ਪਾਪ ਕਰੇ ਪਰਮਾਰਥ ਕੇ ਵਸਤੈ, ਪਾਪਨ ਤੇ ਪੁਨ ਪਾਪ ਲਜਾਏ। ਸੰਸਾਰ ਦੇ ਨਾਂ ਤੇ ਜੋ ਪਾਪ ਕਰਦੇ ਨੇ, ਚਲੋ ਚੱਲਦਾ ਜਗਤ ਦੇ ਚੱਲਦਾ ਪਾਪ, ਪਰ ਜਿਹੜੇ ਧਰਮ ਦੇ ਨਾਂ ਤੇ ਪਾਪ ਕਰਦੇ ਨੇ, ਧਰਮ ਦੇ ਨਾਂ, ਪਾਪ ਕਰੇ ਪਰਮਾਰਥ ਕੇ ਵਸ, ਰੱਬ ਦਾ ਨਾਂ ਲੈ ਕੇ ਪਾਪ ਕਰਦੇ ਨੇ, ਧਰਮ ਦੇ ਨਾਂ ਤੇ ਪਾਪ ਕਰਦੇ ਨੇ। ਮਹਾਰਾਜ ਕਹਿੰਦੇ ਨੇ ਇੱਕ ਦਫ਼ਾ ਤੇ ਪਾਪਾਂ ਨੂੰ ਵੀ ਕੰਬਣੀ ਛਿੜ ਜਾਂਦੀ ਹੈ, ਕੰਬਾ ਕਿੱਥੇ ਵਰਤਦਾ ਪਿਆ ਸਾਨੂੰ। ਚਲੋ ਸਾਨੂੰ ਬਾਜ਼ਾਰ ਦੇ 'ਚ ਵਰਤਣਾ ਸੀ, ਕਾਰੋਬਾਰ ਦੇ 'ਚ ਵਰਤਣਾ ਸੀ, ਤੂੰ ਮੰਦਰ ਦੇ ਸਾਨੂੰ ਵਰਤ ਰਿਹਾ, ਰੱਬ ਦੇ ਨਾਂ ਤੇ ਵਰਤ ਰਿਹਾ, ਪਾਪ ਵੀ ਕੰਮ ਜਾਂਦੇ ਨੇ। ਤੈਂ ਪਾਪਨ ਤੇ ਪੁਨ ਪਾਪ ਲਜਾਈ, ਉਸ ਪਾਪੀ ਤੋਂ ਪਾਪ ਵੀ ਸ਼ਰਮਸਾਰ ਹੋ ਜਾਂਦੇ ਨੇ, ਲਜਾਏਮਾਨ ਹੋ ਜਾਂਦੇ ਨੇ। ਪਾਪ ਵੀ ਕਹਿੰਦੇ ਨੇ ਤੂੰ ਕਿੱਥੇ ਪਿਆ ਵਰਤਦਾ ਸਾਨੂੰ, ਕਿਹੜੀ ਥਾਂ ਤੇ ਪਿਆ ਵਰਤਦਾ। ਇੱਕ ਦਫ਼ਾ ਤੇ ਪਾਪਾਂ ਨੂੰ ਵੀ ਕੰਬਣੀ ਛਿੜ ਜਾਂਦੀ ਹੈ, ਕਿੱਥੇ ਸਾਨੂੰ ਵਰਤਦਾ ਪਿਆ ਤੂੰ, ਕਿਹੜੀ ਥਾਂ ਤੇ ਸਾਨੂੰ ਵਰਤਦਾ ਪਿਆ। ਵਾਹਿਗੁਰੂ।
ਵਾਹ।